ਹੈਲੋ ਬੱਚਿਓ ਪਿਛਲੀ ਵੀਡੀਓ ਵਿੱਚ ਅਸੀਂ ਊੜਾ ਤੇ ਐੜਾ ਪੜਾ ਸੀ ਊੜਾ ਉੱਠ ਐੜਾ ਅਨਾਰ ਅੱਜ ਦੀ ਵੀਡੀਓ ਵਿੱਚ ਅਸੀਂ ਅੱਗੇ ਅਗਲੇ ਤਿੰਨ ਅੱਖਰ ਪੜਾਂਗੇ ਈੜੀ ਈੜੀ ਇਲ ਈੜੀ ਇਟ ਇਟ ਮੀਨਸ ਬ੍ਰਿਕ ਜੋ ਈਟ ਹੁੰਦੀ ਜਿਸੇ ਘਰ ਬਣਦਾ ਹੈ ਈੜੀ ਇੰਜਣ ਈੜੀ ਇਲ ਇਲ ਮੀਨਸ ਚੀਲ ਸਸਾ ਸੰਤਰਾ ਹਾ ਹਾ ਹਾਥੀ ਈੜੀ ਇਲ ਸਸਾ ਸੰਤਰਾ ਹਾ ਹਾ ਹਾਥੀ ਇਹ ਤੁਸੀਂ ਆਪਣੀ ਬੁੱਕ ਵਿੱਚ ਪੜੋਗੇ ਤੇ ਅੱਖਰਾਂ ਦੀ ਪਛਾਣ ਕਰੋਗੇ ਇਸੇ ਤਰ੍ਹਾਂ ਇਹ ਹੀ ਤਿੰਨਾਂ ਅੱਖਰਾਂ ਦਾ ਵਰਕ ਅਸੀਂ ਨੋਟਬੁੱਕ ਵਿੱਚ ਕਰਾਂਗੇ ਨੋਟਬੁੱਕ ਵਿੱਚ ਅੱਖਰ ਤੇ ਚਿੱਤਰ ਦੀ ਪਛਾਣ ਈੜੀ ਉੱਥੇ ਸੀ ਈੜੀ ਇਲ ਇੱਥੇ ਹੈ ਈੜੀ ਇਮਲੀ ਉੱਥੇ ਸੀ ਸਸਾ ਸੰਤਰਾ ਅਸੀਂ ਬਣਾਇਆ ਸਸਾ ਸੇਬ ਹਾ ਹਾ ਹਾਥੀ ਹਾ ਹਾ ਤਾਂ ਤੁਸੀਂ ਹੱਥ ਵੀ ਬਣਾ ਸਕਦੇ ਹੋ ਈੜੀ ਇਮਲੀ ਸਸਾ ਸੇਬ ਹਾ ਹਾ ਹਾਥੀ ਹੁਣ ਅਸੀਂ ਇਹਨਾਂ ਅੱਖਰਾਂ ਨੂੰ ਲਿਖਾਂਗੇ ਕਿਵੇਂ ਦੇਖੋ ਈੜੀ ਬਣਾਣ ਲਈ ਛੋਟੀ ਜਿਹੀ ਸਟੈਂਡਿੰਗ ਲਾਈਨ ਬਣਾਾਂਗੇ ਅਸੀਂ ਇਹਨੂੰ ਰਾਉਂਡ ਕਰਕੇ ਨੀਚੇ ਵੀ ਰਾਉਂਡ ਤੇ ਇਸ ਤਰ੍ਹਾਂ ਈੜੀ ਈੜੀ ਇਲ ਜਿਹੜੀ ਇੰਜਣ ਜਿਹੜੀ ਇਮਲੀ ਤੇ ਇੱਕ ਵਾਰੀ ਫਿਰ ਦੇਖਾਂਗੇ ਛੋਟੀ ਜਿਹੀ ਸਲੀਪਿੰਗ ਲਾਈਨ ਇੱਥੇ ਰਾਉਂਡ ਕਰਕੇ ਨੀਚੇ ਵੀ ਰਾਉਂਡ ਇੱਕ ਸਲੈਂਟਿੰਗ ਲਾਈਨ ਈੜੀ ਸਸਾ ਜਿਵੇਂ ਅਸੀਂ ਹਿੰਦੀ ਵਿੱਚ ਮਮਾ ਡਾਲ ਪਾਉਂਦੇ ਨੇ ਸਸਾ ਸੰਤਰਾ ਸਸਾ ਸੇਬ ਸਿੰਪਲ ਹਿੰਦੀ ਵਾਲਾ ਮ ਜੋ ਹੁੰਦਾ ਹੈ ਉਹ ਪੰਜਾਬੀ ਵਿੱਚ ਸਸਾ ਹੁੰਦਾ ਹੈ ਹਾ ਹਾ ਹਾਥੀ ਹਾ ਹਾ ਹੱਤ ਸਟੈਂਡਿੰਗ ਲਾਈਨ ਤੇ ਇਹਨੂੰ ਟਰਨ ਕਰਕੇ ਇਹਨੂੰ ਓਪਨ ਛੋੜਨਾ ਹੈ ਜੇ ਤੁਸੀਂ ਇਹਨੂੰ ਕਵਰ ਕਰ ਦੇਵਾਂਗੇ ਤੇ ਇਹ ਰਾਰਾ ਰੱਥ ਬਣ ਜਾਏਗਾ ਹਾ ਹਾ ਹਾਥੀ ਸਟੈਂਡਿੰਗ ਲਾਈਨ ਤੇ ਇਸ ਨੂੰ ਉੱਪਰ ਲਿਜਾ ਕੇ ਓਪਨ ਛੱਡਣਾ ਹੈਗਾ ਈੜੀ ਸਸਾ ਹਾ ਹਾ ਇਹ ਵਰਕ ਤੁਸੀਂ ਆਪਣੇ ਨੋਟਬੁੱਕ ਵਿੱਚ ਕਰਾਂਗੇ ਇਹ ਪਿਕਚਰ ਬਣਾਉਣੀ ਹੈ 컬러 ਕਰਨਾ ਹੈ ਤੇ ਇੱਥੇ ਇੱਕ ਲਾਈਨ ਛੋੜ ਕੇ ਇੱਕ ਲਾਈਨ ਵਿੱਚ ਇਹ ਅੱਖਰ ਲਿਖਨੇ ਹਨ ਤੇ ਤੁਹਾਡੀ ਇੱਕ ਹੋਰ ਬੁੱਕ ਹੈਗੀ ਇਹ ਬੁੱਕ ਹੈ ਸ਼ਬਦ ਰਚਨਾ ਰਚਨਾ ਵਿੱਚ ਜਿਸ ਜਿਹਦੇ ਵਿੱਚ ਅਸੀਂ ਰਿਟਨ ਵਰਕ ਕਰਾਂਗੇ ਸ਼ਬਦ ਰਚਨਾ ਇਹ ਦੇਖੋ ਅਸੀਂ ਇਹ ਕੰਮ ਕਰਨਾ ਹੈਗਾ ਊੜਾ ਉਠ ਐੜਾ ਅਨਾਰ ਈੜੀ ਇਮਲੀ ਸਸਾ ਸਪੇਰਾ ਹਾ ਹਾ ਹਾਥੀ ਪਹਿਲਾਂ ਤੁਸੀਂ ਇਹ ਡਰੇਸਿੰਗ ਕਰੋਗੇ ਦੋਨੋਂ ਲਾਈਨ ਵਿੱਚ ਫਿਰ ਪੂਰੇ ਪੇਜ ਵਿੱਚ ਇਹ ਅੱਖਰ ਸੁੰਦਰ ਸੁੰਦਰ ਸੋਹਣੀ ਸੋਹਣੀ ਹੈਂਡਰਾਈਟਿੰਗ ਵਿੱਚ ਲਿਖਣੇ ਆਗੇ ਨੇ ਕਿਵੇਂ ਲਿਖੋਗੇ ਇੱਕ ਵਾਰੀ ਵੇਖ ਲਓ ਇੱਥੇ ਸ਼ੁਰੂ ਕਰੋਗੇ ਇੱਥੇ ਲੈ ਜਾ ਕੇ ਟਰਨ ਕਰਕੇ ਇਹਨੂੰ ਉਪਰ ਟੱਚ ਊੜਾ ਫਿਰ ਇੱਥੇ ਲੈ ਜਾ ਕੇ ਇੱਥੇ ਲੈ ਜਾ ਕੇ ਐੜਾ ਇਨੂੰ ਉੱਪਰ ਟਰਨ ਕਰਦੇ ਹੇ ਨੀਚੇ ਟਰਨ ਕਰ ਦੇ ਈ ੜੀ ਹਿੰਦੀ ਵਾਲਾ ਮਮਾ ਸੱਸਾ ਬਣ ਜਾਏਗਾ ਤੇ ਹਾ ਹਾ ਹਾਥੀ ਇਹ ਤੁਸੀਂ ਆਪਣੀ ਬੁੱਕ ਵਿੱਚ ਨੀਟ ਐਂਡ ਕਲੀਨ ਕੰਮ ਕਰਨਾ ਹੈਗਾ ਇਹ ਤੁਹਾਡਾ ਕੰਮ ਹੈ ਈ ੜੀ ਸੱਸਾ ਹਾ ਹਾ ਬੁੱਕ ਆਫ ਕਾਪੀ ਵਿੱਚ ਤੇ ਊੜਾ ਤੋਂ ਲੈ ਕੇ ਹਾ ਹਾ ਤੱਕ ਪੇਜ ਨੰਬਰ 2 ਆਪਣੀ ਸ਼ਬਦ ਰਚਨਾ ਬੁੱਕ ਵਿੱਚ ਸੋਹਣਾ ਸੋਹਣਾ ਕੰਮ ਕਰਨਾ ਹੈਗਾ